ਬਾਲ ਸੁਧਾਰ ਦੀਆਂ ਯੋਜਨਾਵਾਂ ਬਹੁਤ ਆਉਂਦੀਆਂ ਹਨ, ਪਰ ਕੁਝ ਕੁ ਹੀ ਅਫਸਰ ਹਨ ਜਿਹੜੇ ਇਹਨਾਂ 'ਤੇ ਅਮਲ ਕਰਦੇ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਵੱਡੇ ਸਕੂਲਾਂ ਦੇ ਸਹਿਯੋਗ ਨਾਲ ਅਤੇ ਬਾਲ ਵਿਕਾਸ ਦੇ ਫੰਡ ਨਾਲ ਅਨਾਥ ਆਸ਼ਰਮ ਦੇ ਬੱਚਿਆਂ ਨੂੰ ਬਿਹਤਰ ਭਵਿੱਖ ਲਈ ਬਾਹਰ ਦੇ ਸਕੂਲਾਂ ਵਿੱਚ ਪੜ੍ਹਨ ਲਈ ਭੇਜਿਆ, ਜਿਸਦਾ ਆਉਣ ਜਾਣ ਅਤੇ ਪੜ੍ਹਾਈ ਦਾ ਖਰਚਾ ਸਕੂਲ ਮੈਨੇਜਮੈਂਟ ਕਰਨ ਲਈ ਤਿਆਰ ਹੈ। ਵਰਿੰਦਰ ਸ਼ਰਮਾ ਨੇ ਦੱਸਿਆ ਕਿ ਗਾਂਧੀ ਵਨੀਤਾ ਆਸ਼ਰਮ ਵਿੱਚ ਲਗਭਗ 55 ਗਰੀਬ ਬੱਚੇ ਹਨ, ਜਿਨ੍ਹਾਂ 'ਚੋਂ 25 ਦੇ ਕਰੀਬ ਬੱਚੇ ਅਜਿਹੇ ਹਨ ਜਿਨ੍ਹਾਂ ਨੂੰ ਬਾਲ ਸਕੂਲਾਂ ਵਿੱਚ ਪੜ੍ਹਨ ਲਈ ਭੇਜਿਆ ਗਿਆ ਅਤੇ 20 ਬੱਚਿਆਂ ਨੂੰ ਆਸ਼ਰਮ ਅੰਦਰ ਹੀ ਪੜ੍ਹਾਇਆ ਜਾਵੇਗਾ। ਉਹਨਾਂ ਕਿਹਾ ਹੈ ਕਿ 10 ਬੱਚੇ ਅਜਿਹੇ ਹਨ ਜੋ ਕਿ ਮਾਨਸਿਕ ਤੌਰ 'ਤੇ ਠੀਕ ਨਹੀਂ ਹਨ, ਉਹਨਾਂ ਨੂੰ ਜਲਦ ਹੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪਿਛਲੇ 1 ਮਹੀਨੇ ਤੋਂ ਇਸ ਵਿਸ਼ੇ 'ਤੇ ਕੰਮ ਚੱਲ ਰਿਹਾ ਹੈ। ਉਹਨਾਂ ਨੇ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਗਾਂਧੀ ਵਨੀਤਾ ਦੇ ਵਿੱਚ ਜਿਹੜਾ ਬੱਚਿਆਂ ਲਈ ਲੜਕੀਆਂ ਲਈ ਲੜਕੀਆਂ ਲਈ ਸੈਂਟਰ ਬਣਿਆ ਹੋਇਆ, ਉੱਥੋਂ ਅਸੀਂ ਕੁਛ ਮਹੀਨੇ ਪਹਿਲਾਂ ਇਸ ਗੱਲ ਦੀ ਪਲੈਨਿੰਗ ਕੀਤੀ ਸੀ ਕਿ ਇਹ ਬੱਚੀਆਂ ਨੇ ਇਹਨਾਂ ਨੂੰ ਬਾਹਰਲੇ ਸਕੂਲਾਂ 'ਚ ਭੇਜਿਆ ਜਾਵੇ। ਮਹੀਨਾ ਕੁ ਪਹਿਲਾਂ ਇਹ ਬੱਚੀਆਂ ਬਾਹਰਲੇ ਸਕੂਲਾਂ 'ਚ ਜਾਣਾ ਸ਼ੁਰੂ ਹੋ ਗਈਆਂ ਨੇ, ਬੱਚੇ ਰੁਝੇਵਿਆਂ ਕਰਕੇ ਅਸੀਂ ਆ ਨਹੀਂ ਸਕੇ। ਅੱਜ ਮੈਂ SDO ਸਾਹਿਬ BPO ਸਾਹਿਬ ਆਏ ਹਾਂ, ਇਹਨਾਂ ਨੇ ਕਾਫੀ ਹਿੰਮਤ ਕਰਕੇ ਔਰ CDPO ਸਾਹਿਬ ਜਿਹੜੇ ਇੱਥੇ ਲੱਗੇ ਆ ਪ੍ਰਾਈਵੇਟ ਸਕੂਲਾਂ ਦੇ ਨਾਲ ਤਾਲਮੇਲ ਕਰਕੇ ਬਾਹਰ ਦੇ ਸਕੂਲਾਂ 'ਚ ਐਡਮਿਸ਼ਨ ਕਰਵਾਈ ਹੈ। ਜਿਹੜੇ ਸਕੂਲਾਂ ਨੇ ਐਡਮਿਸ਼ਨ ਕੀਤੀ ਹੈ ਉਸ 'ਚ ਸਿਟੀ ਗਰੁੱਪ ਵੀ ਹੈ, MGM ਵੀ ਹੈ ਔਰ KMB ਵਾਲੇ ਨੇ, ਸੇਂਟ ਸੋਲਜਰ ਵਾਲੇ ਵੀ ਹੈਗੇ ਨੇ। ਮੈਂ ਇਹਨਾਂ ਸਾਰੇ ਸਕੂਲਾਂ ਦੀਆਂ ਜਿਹੜੀਆਂ ਮੈਨੇਜਮੈਂਟਸ ਨੇ ਉਹਨਾਂ ਦਾ ਧੰਨਵਾਦ ਕਰਦਾ। ਇੱਕ ਪਾਸੇ ਜਿੱਥੇ ਇਹਨਾਂ ਬੱਚਿਆਂ ਨੂੰ ਐਡਮਿਸ਼ਨ ਦਿੱਤੀ ਹੈ ਉੱਥੇ ਉਹਨਾਂ ਦੇ ਆਉਣ ਜਾਣ ਦਾ ਪ੍ਰਬੰਧ ਵੀ ਕੀਤਾ, ਭਾਵੇਂ ਕਿ ਇਹ ਕਦਮ ਛੋਟਾ ਹੈ ਬਟ ਸਿੰਬੋਲਿਕਲੀ ਇਹਦੀ ਵੈਲਿਊ ਬਹੁਤ ਹੈ, ਕਿਉਂਕਿ ਜਿਹੜੇ ਵੀ ਬੱਚੇ ਜਾ ਰਹੇ ਨੇ, ਇਹ ਜਿਹੜਾ ਤੁਸੀਂ ਮਾਹੌਲ ਦੇਖ ਰਹੇ ਹੋ, ਬੱਚੇ ਲਈ ਸਭ ਤੋਂ ਅੱਛਾ ਮਾਹੌਲ ਹੁੰਦਾ ਉਹਦੇ ਆਪਦੇ ਘਰ ਦਾ। ਕਿਸੇ ਮਜਬੂਰੀਆਂ ਕਰਕੇ ਬੱਚੇ ਇੱਥੇ ਆਉਂਦੇ ਨੇ, ਕਈ ਵਾਰ ਬੱਚੇ ਆ ਕੇ ਦਿੱਲੀ ਲਗਾਉਂਦੇ। ਤੁਸੀਂ ਕਈ ਵਾਰ ਘਟਨਾਵਾਂ ਇੱਥੇ ਪੜ੍ਹੀਆਂ ਨੇ ਕਿ ਕੁਛ ਬੱਚੇ ਇੱਥੋਂ ਬਾਹਰ ਜਾਣ ਦੀ ਵੀ ਕੋਸ਼ਿਸ਼ ਕਰਦੇ ਨੇ, ਭੱਜਣ ਦੀ ਵੀ ਕੋਸ਼ਿਸ਼ ਕਰਦੇ ਨੇ। ਆਪਣੇ ਘਰਾਂ 'ਚ ਵੀ ਆਪਾਂ ਦੇਖੀਏ, ਬੱਚਿਆਂ ਨੂੰ ਆਪਾਂ ਆਪਣੀ ਜਾਨ ਨਾਲ ਵੱਧ ਪਿਆਰ ਕਰਦੇ ਹਾਂ, ਪਰ ਕਈ ਵਾਰੀ ਬੱਚੇ ਰੁੱਸ ਜਾਂਦੇ ਨੇ। ਪਰ ਮੈਨੂੰ ਇਹ ਲੱਗਦਾ ਕਿ ਇਹ ਜਿਹੜੇ ਨਿੱਕੇ ਨਿੱਕੇ ਕਦਮ ਹੈਗੇ ਨੇ, ਇਹ ਬੱਚੇ ਅੱਜ ਜਿਵੇਂ ਤੁਸੀਂ ਦੇਖਿਆ ਬੜੇ ਖੁਸ਼ ਗਏ ਨੇ, ਇਹ ਜਦੋਂ ਬਾਹਰ ਜਾਣਗੇ ਮੇਨ ਮੁੱਖ ਧਾਰਾ ਨਾਲ ਜਦੋਂ ਜੁੜਨਗੇ, ਜਿੱਥੇ ਕਿ ਇਹਨਾਂ ਦੀ ਫਿਊਚਰ ਦੇ ਵਿੱਚ ਜਿਹੜੀ ਇੰਪਲੋਇਬਿਲਿਟੀ ਹੈਗੀ ਹੈ ਉਹ ਵਧੇਗੀ, ਉੱਥੇ ਜਿਹੜੀ ਇਹ ਹੈ ਇਹ ਬੱਚਿਆਂ ਦਾ ਦਿਲ ਲੱਗਣ ਦੀ ਸੰਭਾਵਨਾ ਵਧੇਗੀ। ਤੋ ਜਿਹੜੀਆਂ ਇੱਥੇ ਦਿੱਕਤਾਂ ਸਨ, SDM ਸਾਹਿਬ ਨੇ ਔਰ ਇਹਨਾਂ ਦੀ ਟੀਮ ਨੇ NRI ਦਾ ਸਹਿਯੋਗ ਲੈ ਕੇ ਔਰ ਸਰਕਾਰ ਦੇ ਕੁਛ ਫੰਡਸ ਆਏ ਸੀ ਉਹਨੂੰ ਲੈ ਕੇ ਇਹਨਾਂ ਨੇ ਤਿਣਕਾ ਕਰਕੇ ਕੋਸ਼ਿਸ਼ ਕੀਤੀ ਹੈ, ਜਿਵੇਂ ਕਿ TV ਲਵਾਇਆ, ਕੰਪਿਊਟਰ ਰੂਮ ਇਸਟੈਬਲਿਸ਼ ਕੀਤਾ, ਸਪੋਰਟਸ ਦਾ ਰੂਮ ਇਸਟੈਬਲਿਸ਼ ਕੀਤਾ, ਛੋਟੀ ਜਿਹੀ ਲਾਇਬ੍ਰੇਰੀ ਇਸਟੈਬਲਿਸ਼ ਕੀਤੀ ਹੈ। ਆਪਾਂ ਇਹ ਜਿਹੜੀਆਂ ਫੈਸਿਲਿਟੀਜ਼ ਨੇ ਇਹਨਾਂ ਨੂੰ ਵਰਲਡ ਕਲਾਸ ਤਾਂ ਨਹੀਂ ਕਹਿ ਸਕਦੇ, ਬਟ ਐਟ ਦਾ ਸੇਮ ਟਾਈਮ ਆਪਾਂ ਇੱਕ ਚੰਗੇ ਪਾਸੇ ਨੂੰ ਤੁਰੇ ਹਾਂ। ਬੱਚਿਆਂ ਨੂੰ ਜੋ ਪਹਿਲਾਂ ਕੁਛ ਵੀ ਸੁਵਿਧਾ ਨਹੀਂ ਸੀ, ਹੁਣ ਸੁਵਿਧਾਵਾਂ ਵਧੀਆ ਨੇ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਜਿਹੜੇ ਬੱਚੇ ਹੈ ਉਹਨਾਂ ਨੂੰ ਘਰ ਵਰਗੀ ਗੱਲ ਤਾਂ ਨਹੀਂ ਹੋ ਸਕਦੀ, ਪਰ ਉਹਨਾਂ ਦਾ ਦਿਲ ਲੱਗਣਾ ਚਾਹੀਦਾ। ਅਸੀਂ ਇਸ ਲਈ ਪੂਰਾ ਉਪਰਾਲਾ ਕਰਾਂਗੇ ਔਰ ਇਹ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਅੱਛੀ ਪੜ੍ਹਾਈ ਹੋ। ਸਰ ਕਿੰਨੇ ਬੱਚੇ ਗਏ? 25 ਬੱਚੇ ਹੁਣ ਬਾਹਰ ਪੜ੍ਹ ਰਹੇ ਹੈ, ਬਾਕੀ ਦੇ ਜਿਹੜੇ ਬੱਚੇ 30 ਹੈਗੇ ਆ, ਟੋਟਲ 55 ਬੱਚੇ ਨੇ, ਉਹਨਾਂ 'ਚੋਂ 20 ਦੇ ਗਰੀਬ ਐਸੇ ਬੱਚੇ ਨੇ ਜਿਹੜਾ ਅੰਦਰਲਾ ਸਕੂਲ ਉਸ 'ਚ ਪੜ੍ਹ ਰਹੇ ਜਿਹੜਾ ਸਰਕਾਰ ਵਾਲਾ। 10 ਕੁ ਬੱਚੇ ਐਸੇ ਨੇ ਜਿਨ੍ਹਾਂ ਨੂੰ ਕੋਈ ਇੰਟੈਲੈਕਚੁਅਲ ਡਿਸੇਬਿਲਿਟੀ ਆ, ਅਦਰਵਾਈਜ਼ ਸਧਾਰਨ ਬੁੱਧੀ ਹੋਣ ਕਰਕੇ ਉਹ ਨਹੀਂ ਜਾ ਰਹੇ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲਿਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ TV।